ले बच्चे वाटना बात सुखी करोगा अस्सलाम वालेकुम मौजूद नाजरीन मैं तुहाडा मेज़बान लियाकत अली डार स्पोर्ट चैनल ते नाजरीन असी नोशो पाक दे अलहमदुलिल्लाह दरबार ते पहुँच गए हैं ते इशफाक साहब पहले दसो कि लंगर दा की है प्रोग्राम लंगर माशाल्लाह हो रहा है जी माशाल्लाह लंगर तैयार वे हां जी तैयार है जी लगी साडा कैमरामैन भी है कैमरामैन साहब दसे ओ भाई होना ने लंगर दित्ता जी अच्छा माशाल्लाह जी पकौड़े ते नान है जी ठीक हो गया हां जी इस तो बाद चाह ते रस होएगी जी क्या बात अच्छा बाद चो गर्म भी करना भाई ना सर्दी है ना जी अच्छा हाँ जी इस चलो अपने संगत परले बैठे है जी अशफाक भाई हुन तुसी जाके सानू जरा को विजिट भी कराओ थोड़ा पता के जी पहुंचे ते हमारी अस्सलाम वालेकुम जी वालेकुम सलाम की हाल पहले ते दसो शुक्र अल्हम्दुलिल्लाह पहली दफा आए हो के मैं पहली दफा आई हां अच्छा पहली दफा आए हो हां जी की मन्नत लेके आए हो के मन्नत ते कुछ भी नहीं लेके आए वैसे सलाम करना आए हैं अच्छा वैसे सलाम करना आए हो हां जी ठीक है आई वेरी फर्स्ट दफा ही हां जी पहली बार ठीक हो अच्छा शुक्रिया जी ते आयो जी ते अच्छा इशफाक भाई ये तुसी दसो के किन्ना क तुहाडा टूर वे वैसे है मेरा टूर ते जी मैं 2008 तो आ रहा ठीक है टोटल कोई अंदाजा नहीं है कि किन्ने को मेरे ख्याल ना कोई 43-42 ਸੰਗਮਾਂ ਬਾਅਦ ਚੁੱਕਾ ਮੇਰੇ ਕੋਲ ਰਿਕਾਰਡ ਪਿਆ ਇਸ ਟਾਈਮ ਮਾਸ਼ਾਅੱਲਾ ਇਸ ਕਾਰਡ ਤੁਸੀਂ ਆਪਣੇ ਕੋਲ ਹਾਂਜੀ ਹਰ ਉਹ ਤਰੀਕ ਡੇਟ ਲਿਖੀ ਦੀ ਆ ਉਹ ਠੀਕ ਹੈ ਇਹ ਸ਼ਫਾਕ ਭਾਈ ਮਾਸ਼ਾਅੱਲਾ ਮੇਰੇ ਖਨ ਅੱਜ ਕਿੰਨੇ ਕ ਬੰਦੇ ਤੁਸੀਂ ਲੈ ਕੇ ਆਏ ਟੋਟਲ ਮਾਸ਼ਾਅੱਲਾ ਜੀ 80 ਕ ਬੰਦੇ ਹੈ ਜੀ ਇਹ ਮੇਰੀ ਮਿਸਜ ਹੈ ਅੱਛਾ ਚਲੋ ਇਹਨਾਂ ਨਾਲ ਬਾਜੀ ਨਾਲ ਵੀ ਗੱਲ ਕਰਦੇ ਹਾਂ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਅੱਛਾ ਤੇ ਤੁਸੀਂ ਇਹ ਦੱਸੋ ਕਿ ਤੁਹਾਡਾ ਫਸਟ ਹੀ ਹੈ ਦਰਬਾਰ ਤੇ ਕਿ ਪਹਿਲੇ ਵੀ ਆਏ ਹੋ ਫਸਟ ਹੀ ਆਈ ਕੀ ਵਜ੍ਹਾ ਕਿ ਤੁਸੀਂ ਇੰਨੇ ਟੂਰ ਕਰਵਾਏ ਆ ਤੇ ਬਾਜੀਰਾਂ ਨੂੰ ਪਹਿਲੀ ਦਫਾ ਲੈ ਕੇ ਇਹ ਨੋਸ਼ੋ ਪਾਕ ਸਰਕਾਰ ਮੈਂ ਵੀ ਦੂਸਰੀ ਵਾਰੀ ਆਇਆ ਵਾਂ ਸੰਗਤ ਲੈ ਕੇ ਅੱਛਾ ਅੱਛਾ ਅਸੀਂ ਜ਼ਿਆਦਾ ਜਾਈਦਾ ਹਰ ਨਚੰਦੀ ਬਾਬਾ ਹਜ਼ੂਰ ਗੰਜ ਸ਼ਕਰ ਸਰਕਾਰ ਦੇ ਜਾਈਦਾ ਪਾਕ ਪਤਨ ਸ਼ਰੀਫ ਜਾਈਦਾ ਜੀ ਠੀਕ ਹੋ ਗਿਆ ਉੱਥੇ ਦੇ ਅਸੀਂ ਬੈਤ ਅੱਛਾ ਬੈਤ ਤੇ ਆ ਕੇ ਇੱਥੇ ਆ ਕੇ ਜ਼ਿਆਦਾ ਨਹੀਂ ਆ ਕੇ ਦੂਸਰਾ ਹੀ ਚੱਕਰ ਇਹਦਾ ਨਹੀਂ ਨਹੀਂ ਸਾਡਾ ਦੂਸਰਾ ਹੀ ਚੱਕਰ ਹੈ ਜੀ ਠੀਕ ਹੋ ਗਿਆ ਤੇ ਤੁਸੀਂ ਅੱਛਾ ਤੁਹਾਡਾ ਕਿੰਨਾ ਪਹਿਲਾ ਚੱਕਰ ਅੱਛਾ ਤੇ ਕੀ ਉਹ ਅੱਜ ਤੁਸੀਂ ਜਿਹੜਾ ਆਏ ਹੋ ਤੇ ਕੀ ਮਨਤ ਲੈ ਕੇ ਆਏ ਹੋ ਕਿ ਕੀ ਮੁਰਾਦ ਮੇਰੀ ਪੂਰੀ ਹੋ ਕੋਈ ਹੈ ਵੀ ਐਸੀ ਕੋਈ ਨਹੀਂ ਫਿਲਹਾਲ ਤਾਂ ਕੁਝ ਨਹੀਂ ਬੰਦਾ ਜੇ ਬਾਅਦ ਆ ਕੇ ਸਲਾਮ ਕਰਨ ਨਹੀਂ ਆਈ ਸਲਾਮ ਕਰਨ ਨਹੀਂ ਆਈ ਮਨਤ ਉਧਰੀ ਨਹੀਂ ਜੀ ਇਹ ਤਾਂ ਗਲਤ ਬਾਤ ਹੈ ਇਹ ਤਾਂ ਗਲਤ ਬਾਤ ਹੈ ਇਸ ਨੇ ਹੀ ਲੈਣੀ ਹੈ ਠੀਕ ਹੋ ਗਿਆ ਠੀਕ ਹੈ ਅੱਛਾ ਲੱਗਾ ਹਾਂ ਸ਼ੋਖਾ ਭਾਈ ਜਾਨ ਜੀ ਹਾਂਜੀ ਇਹ ਸਾਡੇ ਬਹੁਤ ਅੱਛੇ ਦੋਸਤ ਵੀ ਹੈ ਮੇਰੇ ਭਾਈ ਵੀ ਹੈ ਜੀ ਇਹ ਮੇਰਾ ਸਾਹਿਬਜ਼ਾਦਾ ਜੀ ਵੱਡਾ ਭਾਈ ਹੈ ਜੀ ਸਾਡਾ ਸਾਹਿਬਜ਼ਾਦਾ ਇਹ ਬਹੁਤ ਅੱਛੇ ਆਈਦਾ ਜੀ ਗੱਡੀ ਤੇ ਹਾਂਜੀ ਇਹ ਸਾਡੇ ਤੋਂ ਇਲਾਵਾ ਨਹੀਂ ਜਾਂਦੇ ਪਿਆਰ ਪੀਰ ਭਾਈ ਅਸੀਂ ਹਾਂਜੀ ਮਾਸ਼ਾਅੱਲਾ ਜ਼ਿਆਰਤਾਂ ਜ਼ੂਰਤਾਂ ਦਰਬਾਰਾਂ ਤੇ ਕਰੀਦੇ ਸ਼ੌਕ ਦੇ ਨਾਲ ਠੀਕ ਹੋ ਗਿਆ ਤੇ ਨਾਜ਼ਰੀ ਹੁਣ ਅਸੀਂ ਨਾਸ਼ਤਾ ਕਰ ਲਿਆ ਸਾਡਾ ਕੈਮਰਾਮੈਨ ਜਰਾ ਕੁਦਰ ਦਾ ਵਿਊ ਦੇ ਦੇਵੇ ਇੱਕ ਦਫਾ ਕਿ ਉਹ ਨਾਸ਼ਤਾ ਕਰਕੇ ਅਸੀਂ ਆ ਗਏ ਹਾਂ ਤੇ ਹੁਣ ਸ਼ਫਾਕ ਭਾਈ ਹੁਣ ਕੀ ਪ੍ਰੋਗਰਾਮ ਹੈ ਹੁਣ ਦਰਬਾਰ ਤੇ ਫਿਰ ਵਿਜ਼ਿਟ ਸਾਨੂੰ ਕਰਵਾਓਗੇ ਜੀ ਜੀ ਇਨਸ਼ਾਅੱਲਾ ਅੰਦਰ ਹੁਣ ਸਰਕਾਰਾਂ ਕੋ ਜਾਣਾ ਹੈ ਜੀ ਆਪਾਂ ਹਾਂ ਤੋ ਸ਼ਹਿਜ਼ਾਦ ਭਾਈ ਵੀ ਹੈ ਵੇ ਖੜੇ ਸ਼ਹਿਜ਼ਾਦ ਸਾਹਿਬ ਕਿੰਨਾ ਕ ਨਾਸ਼ਤਾ ਕਰ ਲਿਆ ਬੜੇ ਫਰੈਸ਼ ਹੋ ਮਾਸ਼ਾਅੱਲਾ ਜੀ ਮੈਂ 2 ਦੇਗਾਂ ਖਾ ਗਏ ਪੂਰੀ ਹੈ ਹਾਂ ਜੀ ਫੈਜ਼ੀ ਭਾਈ ਅੱਛਾ ਇਹ ਫੈਜ਼ੀ ਭਾਈ ਹੈ ਜੀ ਹਾਂ ਜੀ ਠੀਕ ਹੋ ਗਿਆ ਤੇ ਆਓ ਫਿਰ ਸ਼ਹਿਜ਼ਾਦ ਭਾਈ ਆਪਣੇ ਜੀ ਸ਼ਹਿਜ਼ਾਦ ਭਾਈ ਠੀਕ ਹੋ ਗਿਆ ਹਾਂ ਜੀ ਤੇ ਜਰਾ ਆਓ ਫਿਰ ਹਾਂ ਜੀ ਚੱਲਨੇ ਆ ਤੇ ਅੱਛਾ ਤੇ ਇੱਕ ਹੋਰ ਸ਼ਫਾਕ ਭਾਈ ਇਹ ਦੱਸਿਓ ਇਹ ਜਿਹੜਾ ਇੱਕ ਕਬਰਸਤਾਨ ਜਿਹੜਾ ਇਹ ਵਾਲਾ ਵੀ ਜੀ ਜੀ ਇਹਦਾ ਵੀ ਕੀ ਕੋਈ ਮਹੱਲੇ ਵਕੂ ਹੈ ਸੀ ਇਹ ਜਿੰਨੇ ਵੀ ਲੋਕ ਆ ਨਾ ਜੀ ਇੱਥੇ ਜਿੰਨੇ ਵੀ ਲੋਕ ਸਰਕਾਰਾਂ ਦੇ ਕਦਮਾਂ 'ਚ ਪਏ ਆ ਜੀ ਇਹ ਤੇ ਪਤਾ ਨਹੀਂ ਕਿੰਨੇ ਸੌ ਪੁਰਾਣਾ ਕਬਰਸਤਾਨ ਆ ਜੀ ਤੇ ਇਹ ਵੀ ਬਜ਼ੁਰਗ ਆ ਜੀ ਅੱਛਾ ਮਾਸ਼ਾਅੱਲਾ ਵੀ ਹਾਂ ਜੀ ਇੱਧਰ ਵੀ ਸਾਡਾ ਕੈਮਰਾਮੈਨ ਜੀ ਇਹ ਕੈਮਰਾਮੈਨ ਇੱਧਰ ਵੀ ਦਿਖਾਓ ਜੀ ਜੀ ਲਿਖਿਆ ਜੀ ਸਾਹਿਬਜ਼ਾਦਾ ਪੀਰ ਰਹਿਮਤ ਅਲੀ ਸ਼ਾਹ ਨੁਸ਼ਾਹੀ ਸਾਹਿਬ ਜੀ ਅਤੇ ਸਾਹਿਬਜ਼ਾਦਾ ਪੀਰ ਮੁਹੰਮਦ ਸ਼ਰੀਫ ਸ਼ਾਹ ਨੁਸ਼ਾਹੀ ਠੀਕ ਹੈ ਇਹ ਦਰਬਾਰ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਹੈ ਨਾ ਆਲ ਲਾ ਦੀ ਹੈ ਅੱਛਾ ਅਤੇ ਇੱਕ ਹੋਰ ਸ਼ਫਾਕ ਭਾਈ ਦਾ ਕੋਈ ਇੱਥੇ ਕੋਈ ਗੱਦੀ ਨਸ਼ੀਨ ਜਿਹੜਾ ਕੋਈ ਸਾਨੂੰ ਪੂਰੀ ਡਿਟੇਲ ਨਾਲ ਕੀ ਕਿਆ ਕੋਈ ਹੈ ਤੁਹਾਡੇ ਇੱਥੇ ਜੀ ਜੀ ਮਾਲੂਮਾਤ ਲੈਂਦੇ ਹਾਂ ਜੀ ਅੱਗੇ ਇਨਸ਼ਾਅੱਲਾ ਜਾ ਰਹੇ ਹਾਂ ਆਪਾਂ ਠੀਕ ਹੋ ਗਿਆ ਦਰਬਾਰ ਸ਼ਰੀਫ ਦੇ ਕੋਲ ਨਜ਼ਦੀਕ ਆ ਗਏ ਉੱਥੇ ਜਾ ਕੇ ਸਾਰੀ ਮਾਲੂਮਾਤ ਲੈਂਦੇ ਹਾਂ ਜੀ ਠੀਕ ਹੋ ਗਿਆ ਜੀ ਅਤੇ ਜਿਹੜੇ ਅਸੀਂ ਪਹਿਲੇ ਦਰਬਾਰ ਤੋਂ ਆਏ ਹਾਂ ਅਤੇ ਹਾਂ ਇਹ ਸਾਡਾ ਕੈਮਰਾਮੈਨ ਦਰਬਾਰ ਦਾ ਇੱਥੋਂ ਵੀ ਵਿਊ ਇੱਕ
ਮਾਸ਼ਾਅੱਲਾ ਬੜਾ ਨਾ ਖੂਬਸੂਰਤ ਉਹਨਾਂ ਨੇ ਦਰਬਾਰ ਵੀ ਬਣਾਇਆ ਵੇ ਜੀ ਜੀ ਬਹੁਤ ਅੱਛਾ ਜੀ ਮਾਸ਼ਾਅੱਲਾ ਅਤੇ ਜਿਹੜਾ ਪਹਿਲੇ ਅਸੀਂ ਅਸ਼ਫਾਕ ਭਾਈ ਦਰਬਾਰ ਤੋਂ ਆਏ ਹਾਂ ਜਿਹੜੀ ਅਸੀਂ ਪਹਿਲੀ ਵੀਡੀਓ ਦੇ ਵਿੱਚ ਦਿਖਾਇਆ ਵੇ ਜੀ ਜੀ ਉਹ ਦਰਬਾਰ ਇਹ ਉਹਨਾਂ ਦੇ ਪੀਰ ਸਾਹਿਬ ਨੇ ਜੀ ਇਹ ਮੁਰਸ਼ਦ ਪਾਕ ਹੈ ਜੀ ਉਹਨਾਂ ਦੇ ਜੀ ਇਹ ਬਜ਼ੁਰਗ ਆਪਣੀ ਡਿਊਟੀ ਦੇ ਰਹੇ ਆ ਬਜ਼ੁਰਗ ਵੀ ਸਫਾਈ ਕਰ ਰਹੇ ਅਸਲਾਮ ਅਲੈਕਮ ਜੀ ਸਰ ਕੀ ਹਾਲ ਹੈ ਦੁਆਵਾਂ ਤੁਹਾਡੀਆਂ ਠੀਕ ਅਤੇ ਕੋਈ ਤੁਸੀਂ ਸਾਨੂੰ ਜ਼ਰਾ ਘਾ ਕੇ ਜ਼ਰਾ ਥੋੜ੍ਹਾ ਮਾਲੂਮਾਤ ਵਗੈਰਾ ਜੀ ਇਹਨਾਂ ਦੀ ਮਾਲੂਮਾਤ ਬੜੀ ਸਰਕਾਰ ਇਹ ਸਖੀ ਕੋਲੋਂ ਨੌਸ਼ੋ ਬਣ ਕੇ ਆਇਆ ਪਲਵਾਲ ਸ਼ਰੀਫ ਤੋਂ ਉੱਥੇ ਮੁਰਸ਼ਦਖਾਨਾ ਅਤੇ ਆਹ ਉਹਨਾਂ ਛੱਡ ਦਿਓ ਜ਼ਰਾ ਆਪਣਾ ਬੱਚਾ ਨਾਲ ਉਹਨਾਂ ਟੋਰਿਆ ਮਾਇਸ਼ਾ ਅੱਛਾ ਅੱਛਾ ਆ ਉਹਨਾਂ ਦਾ ਬੱਚਾ ਨਾਲ ਚੱਲੀ ਵੀ ਜਾਓ ਅਤੇ ਆ ਜਾਓ ਤੁਸੀਂ ਜ਼ਰਾ ਸਾਨੂੰ ਦੱਸੀ ਵੀ ਜਾਓ ਅਤੇ ਨਾਲ ਸਾਰੀ ਰਾਤ ਜਾਗਦਾ ਹੁੰਦਾ ਸੀ ਧੀਆਂ ਪੈਣਾ ਸਹਿਰ ਮਾਇਸ਼ਾ ਜਾਗਦਾ ਅੱਛਾ ਜੀ ਤਰੋਂ ਪਿੰਡਾਂ ਵਿੱਚ ਕਿਆ ਬਾਤ ਉੱਥੋਂ ਨੌਸ਼ੋ ਬਣ ਕੇ ਆਇਆ ਸਖੀ ਨੇ ਨੌਸ਼ੋ ਬਣਾ ਕੇ ਟੋਰਿਆ ਨੌ ਟਿੰਡਾਂ ਤੁਰਸਾ ਪੀਤਾ ਤੁਸਾਂ ਤੁਰਸਾ ਨਹੀਂ ਵੇਖਿਆ ਨੌ ਟਿੰਡਾਂ ਬਾਬਾ ਗੁਰਾਂ ਦਿੱਤਾ ਅਤੇ ਗੁਲਾਬ ਸ਼ਾਹ ਸ਼ਹਿਰ ਸੋਹਣ ਨਗਰ ਵਾਲਾ ਇਹ ਇੱਥੋਂ ਲਗਾਉਂਦੇ ਰਹੇ ਹੁਣ ਇੱਥੋਂ ਅਤੇ ਨੌਸ਼ੋ ਪੀਂਦਾ ਰਿਹਾ ਸੀ ਤਾਂ ਨੌਸ਼ੋ ਬਣਿਆ ਅਤੇ ਚਾਹ ਅਤੇ ਬਜ਼ੁਰਗ ਜਿਹੜਾ ਕਬਰਸਤਾਨ ਵੀ ਹੈ ਜੀ ਇਹ ਪਿੰਡ ਦਾ ਬੜੀ ਬੜੀ ਦੂਰੋਂ ਕਰਾਚੀ ਤੱਕ ਮੁਲਕ ਇੱਥੇ ਆਇਆ ਅੱਛਾ ਦਫਰਾਨ ਜੀ ਜੀ ਠੀਕ ਜੀ ਇਹ ਵੀ ਕੋਈ ਸਪੈਸ਼ਲ ਇਜਾਜ਼ਤ ਲੈਣੀ ਪੈਂਦੀ ਨਹੀਂ ਤੁਸੀਂ ਆਵੋ ਆ ਕੇ ਆਪਣੀ ਕਬਰ ਕੱਢੋ ਦਫਨ ਕਰ ਦਿਓ ਠੀਕ ਹੈ ਕਿ ਕੋਈ ਰੋਕ ਕੋਈ ਨਹੀਂ ਪੈਸਾ ਨਹੀਂ ਪਾਈ ਨਹੀਂ ਕੋਈ ਕੁਝ ਨਹੀਂ ਸਰਕਾਰ ਦੀ ਨਗਰੀ ਸਰਕਾਰ ਦੀ ਮਾਲਕੀ ਹੈ ਠੀਕ ਹੈ ਸਰਕਾਰ ਦੇ ਕਦਮਾਂ 'ਚ ਰਹਿਣਾ ਚਾਹੁੰਦੇ ਆ ਜਾਂ ਬਿਲਕੁਲ ਕਰਾਚੀ ਤੱਕ ਮੁੱਲ ਹੋਣਾ ਬਸ ਉਦੋਂ ਪਸ਼ੌਰ ਤੱਕ ਠੀਕ ਅਤੇ ਜਿਹੜੇ ਇੱਥੇ ਉਹ ਕਬਰ ਉਹ ਗੋਰਖਨ ਜਿਹੜੇ ਹੁੰਦੇ ਆ ਕਬਰ ਕੱਢੇ ਉਹ ਤਾਂ ਫਿਰ ਉਹ ਪੈਸੇ ਲੈਂਦੇ ਉਹ ਪੈਸੇ ਲੈਂਦੇ ਜੋ ਲੈਂਦੇ ਹਾਂ ਜੀ ਉਹ ਪੈਸੇ ਵੈਸੇ ਹੋਰ ਉਹ ਮਿਹਨਤ ਆਪਣੀ ਲੈਂਦੇ ਹਾਂ ਵੈਸੇ ਹੋਰ ਕੋਈ ਨਹੀਂ ਅੱਛਾ ਅਤੇ ਇਹ ਦਰਬਾਰ ਸ਼ਰੀਫ ਦਾ ਸਾਡੇ ਕੈਮਰਾਮੈਨ ਜ਼ਰਾ ਵਿਊ ਉੱਧਰ ਦੇ ਦੇਣ ਜੀ ਹਾਂ ਮਾਸ਼ਾਅੱਲਾ ਇਹ ਪਹਿਲੇ ਆਓ ਜੀ ਬਜ਼ੁਰਗੋ ਅੰਦਰ ਆਓ ਹਾਂ ਆਓ ਅੱਗੇ ਤੁਸੀਂ ਬਿਸਮਿਲ੍ਲਾ ਯਾ ਅੱਲਾਹ ਆ ਜਾਓ ਜੀ ਆ ਜਾਓ ਬਿਸਮਿਲ੍ਲਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਸੱਜੀ ਸਾਈਡ 'ਤੇ ਖਲੋ ਕੇ ਦੁਆ ਮੰਗਣੀ ਇਨਸ਼ਾਅੱਲਾ ਪੂਰੀ ਹੋਏਗੀ ਤੁਹਾਡੀ ਇਨਸ਼ਾਅੱਲਾ ਜੀ ਅੱਲਾ ਨੇ ਚਾਹਿਆ ਅਤੇ ਬਜ਼ੁਰਗੋ ਹੈ ਕਿੰਨੇ ਸਾਲ ਪੁਰਾਣਾ ਮੇਰੀ ਬਾਪ ਤੋਂ ਵੀ ਅਗਦੋਂ ਦਾ ਮੇਰੇ ਦਾਦੇ ਤੋਂ ਵੀ ਅਗਦੋਂ ਦੇ ਨੇ ਅੱਛਾ ਕੋਈ ਅੰਦਾਜ਼ਾ ਹੈ ਕਿ ਇੰਨੇ ਸੌ ਸਾਲ ਜਾਂ 600 ਸਾਲ ਸਦੀ ਹੋ ਗਈ ਇਹਨਾਂ ਨੂੰ ਜੀ 500-600 ਸਾਲ ਜੀ ਠੀਕ ਹੈ ਮਾਸ਼ਾਅੱਲਾ ਜੀ ਉਹ ਜਿਹੜੇ ਦਲਾਨ ਬਣੇ ਨੇ ਸਾਹਮਣੇ ਜੀ ਜੀ ਉਹ ਸਰਕਾਰ ਨੇ ਆਪ ਬਣਾਏ ਨੇ ਆਪਣੇ ਹੱਥਾਂ ਨਾਲ ਚਲੋ ਉਹ ਵੀ ਸਾਨੂੰ ਤੁਸੀਂ ਦਿਖਾਇਓ ਇਹਨਾਂ ਉਹ ਸਾਹਮਣੇ ਨੇ ਜੇ ਤਾਂ ਦਰਵਾਜ਼ੇ ਨਿਕਲਣਾ ਨਹੀਂ ਜੀ ਜੀ ਉਹ ਸਾਹਮਣੇ ਉਹ ਹੀ ਨੇ ਮਕਾਨ ਜੀ ਸਰਕਾਰ ਨੇ ਬੜੀ ਜਿਹੜਾ ਆਉਂਦਾ ਨਾ ਬੰਦਾ ਖਾਲੀ ਨਹੀਂ ਜਾਂਦਾ ਬਿਲਕੁਲ ਜੀ ਮੁਰਾਦ ਜਾਇਜ਼ ਮੁਰਾਦ 52 ਬੋਣੀਆਂ ਨੇ ਸਰਕਾਰ ਦੀਆਂ 22 ਆਪਣੇ ਸੂਬੇ ਨੇ ਸਰਕਾਰ ਦੇ ਮਰੀਦ ਜਿਹੜੇ ਨੇ 22 ਸੂਬੇ ਪਹਿਲਾ ਸੂਬਾ ਮਿਰਜ਼ਾ ਜਿਹੜਾ 14 ਮਹੀਨਿਆਂ ਬਾਅਦ ਹੋਇਆ ਸੀ ਕਰੰਗ ਸੁੱਕ ਗਿਆ ਸੀ ਮਾਂ ਦੇ ਅੰਦਰ ਇਹਨਾਂ ਜਾ ਕੇ ਛੰਨਾ ਦੁੱਧ ਉਹਦੀ ਮਾਂ ਲਿਆਂਦਾ ਸੀ ਇੱਕ ਘੁੱਟ ਪੀਤਾ ਉਹਨੇ ਅਤੇ ਆਖਿਆ ਜਾ ਕੇ ਪੀ ਲੈ ਉਹ ਪਵੇ ਦਾ ਧੋਵੇ ਦਾ ਆਸ਼ਕ ਜੀ ਜੀ ਉੱਥੋਂ ਸਾਈ ਰਾਮਾ ਜੀ ਜੀ ਇੱਕ ਸਚਿਆਰ ਜੀ ਜਿਹਨਾਂ ਦਾ ਸਾਨੂੰ ਪਤਾ ਉਹ ਅਸੀਂ ਤੁਹਾਨੂੰ ਦੱਸਦੇ ਹਾਂ ਜੀ ਜੀ ਹਾਂਜੀ ਬਿਲਕੁਲ ਜੀ ਹਾਂ ਦੂਜਿਆਂ ਦਾ ਸਾਨੂੰ ਕੋਈ ਇਲਮ ਨਹੀਂ ਕਿਤੇ ਕਿਤੇ ਨੇ ਕਰਮ ਵਾਲੇ ਜੀ ਜੀ ਬਿਲਕੁਲ ਅਤੇ ਬੜੀ ਹਸਤੀ ਦੇ ਮਾਲਕ ਨੇ ਪਰ ਮੁਰਸ਼ਦ ਮਗਰ ਕਾਂਬਲ ਹੈ ਨਾ ਮੁਰਸ਼ਦ ਕਾਂਬਲ ਹੋਵੇ ਤਾਂ ਮਰੀਦ ਕਾਮਯਾਬ ਹੁੰਦਾ ਹੈ ਮੁਰਸ਼ਦ ਕਾਂਬਲ ਹੈ ਮਗਰ ਹਾਂ ਕੰਡ ਨਹੀਂ ਲੱਗਣ ਦਿੰਦਾ ਬਿਲਕੁਲ ਜੀ ਬਿਲਕੁਲ ਹਾਂ